ਤਾਂ ਦੱਸਣ ਆ ਕੇ ਵੀ ਅਸੀਂ ਇੰਨੇ ਪੈਸੇ ਬੰਦੇ ਕੋ ਖਾਦੇ ਅਸੀਂ ਮੱਲੇ ਵਾਲੇ ਕੋ ਚੰਦਾ ਇਕੱਠਾ ਕਰ ਲੈਨੇ ਆ ਇਹ ਰੋਡ ਤੇ ਜਾ ਕੇ ਬਹਿ ਜਾਂਦੇ ਆ ਚੰਦਾ ਇਕੱਠਾ ਕਰਨ ਕਾਰਪੋਰੇਸ਼ਨ ਵਾਸਤੇ ਇੰਨਾ ਰੈਵਨਿਊ ਇਹਨਾਂ ਕੋ ਇਕੱਠਾ ਹੋ ਰਿਹਾ ਫਿਰ ਵੀ ਕਹਿੰਦੇ ਸਾਡੇ ਕੋ ਪੈਸੇ ਹੈ ਨਹੀਂ ਜਦੋਂ ਅਸੀਂ ਸੰਡੇ ਨੂੰ ਕਾਲ ਕੀਤੀ ਇੰਸਪੈਕਟਰ ਸਾਹਿਬ ਨੇ ਇੱਕ ਬੰਦਾ ਭੇਜਿਆ ਉਹ ਕਹਿੰਦਾ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਐਦਾਂ ਕਿੱਦਾਂ ਹੋ ਸਕਦਾ ਹੈ ਇੱਥੇ ਇੱਕ ਮੰਜ਼ਲ ਅਗਰ ਕਿਸੇ ਦੀ ਬੰਦੀ ਹੁੰਦੀ ਹੈ ਨਾ ਤਾਂ ਵੀ ਮੁਲਾਜ਼ਮ ਆ ਕੇ ਖੜੇ ਜਾਂਦੇ ਆ ਵੀ ਲੈ ਵੀ ਤੂੰ ਨਕਸ਼ਾ ਪਾਸ ਕਰਾਇਆ ਤੇ ਇਹ ਪੰਜ ਮੰਜ਼ਲਾ ਬਣ ਗਈ ਤੇ ਉਹਦਾ ਨਕਸ਼ਾ ਮੈਂ ਨਾ ਤੁਸੀਂ ਦੇਖੋ ਸਹੀ ਸਰ ਸਾਡਾ ਕਿ ਮਕਾਨ ਬਿਲਕੁਲ ਨਾਲ ਹੈ ਮਾੜਾ ਜਿਹਾ ਕੋਈ ਪੁਚਾਲ ਕੁਛ ਵੀ ਆਉਂਦਾ ਹੈ ਬਿਲਡਿੰਗ ਇੱਧਰ ਨੂੰ ਕਿਰੂ ਜਾਂ ਇੱਧਰ ਨੂੰ ਜਾਂ ਇੱਧਰ ਨੂੰ ਨੁਕਸਾਨ ਕਰੂਗੀ ਸਾਰੇ ਪਾਸੇ ਕਰੂਗੀ ਇਹ ਭਾਈ ਇੱਥੇ ਸਾਡੀ ਗਲੀ ਦੇ ਵਿੱਚ ਕੋਈ ਫੈਕਟਰੀ ਨਹੀਂ ਜ਼ਿਆਦਾ ਤੋਂ ਜ਼ਿਆਦਾ ਜੇ ਬਾਈ ਚਾਂਸ ਤੇ ਹੋਊਗੀ ਵੱਧ ਤੋਂ ਵੱਧ ਇੱਕ ਜਾਂ ਦੋ ਮਸ਼ੀਨਾਂ ਵੱਧ ਤੋਂ ਵੱਧ ਦੋ ਮੰਜ਼ਲੀ ਬਿਲਡਿੰਗ ਹੋਊਗੀ ਪਰ ਇਹ ਬਿਲਡਿੰਗ ਦੇਖੋ ਜੀ 6 ਮੰਜ਼ਲੀ ਬਣ ਗਈ ਜੀ ਪੰਜ ਹਲੇ ਉਹ 6ਵੀਂ ਮੰਜ਼ਲ ਦੀ ਤਿਆਰੀ ਕਰ ਰਿਹਾ ਜੇ ਅਸੀਂ ਸੰਡੇ ਨੂੰ ਨਾ ਕਾਲ ਕਰਦੇ ਨਾ ਕਾਰਪੋਰੇਸ਼ਨ ਏਟੀਵੀ ਸਾਹਿਬ ਨੂੰ ਤੇ ਇਹ 6ਵੀਂ ਮੰਜ਼ਲ ਵੀ ਬਣ ਜਾਣੀ ਸੀ ਤੋ ਬਿਲਡਿੰਗ ਬੰਦ ਸੀ ਕੋਈ ਪਰਚੇਜ਼ ਨਹੀਂ ਕਰ ਰਿਹਾ ਸੀ ਦੀਵਾਰਾਂ ਇਹਦੀਆਂ ਸਾਰੀਆਂ ਡਿੱਗੀਆਂ ਹੋਈਆਂ ਸੀਗੀਆਂ ਠੀਕ ਹੈ ਬਟ ਜਦੋਂ ਉਹਨੇ ਪਰਚੇਜ਼ ਕੀਤੀ ਕੋਈ ਵੀ ਮਜ਼ਬੂਤੀ ਨਹੀਂ ਦਿਖਾਈ ਇਹਦੇ ਵਿੱਚ ਪਰ ਕਹਿੰਦੇ ਆ ਪਿੱਲਰ ਪਾਤਾ ਦਿਖਾਉਣ ਤਾਂ ਅਸੀਂ ਕਿੱਥੇ ਪਿੱਲਰ ਪਾਇਆ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਨਗਰ ਨਿਗਮ ਦੀ ਨਗਰ ਨਿਗਮ ਦੀ ਪੋਲ ਖੋਲਣ ਨੂੰ ਆਈ ਤਾਂ ਨਗਰ ਨਿਗਮ ਇਸ ਤਰ੍ਹਾਂ ਪੋਲ ਖੋਲ ਲਵਾਉਂਦੀ ਹੈ ਆਪਣੀ ਜਿਸ ਤਰ੍ਹਾਂ ਕਿਹਾ ਜਾ ਸਕਦਾ ਦਰਵਾਜ਼ੇ ਨੂੰ ਸਿਓਕ ਲੱਗਦੀ ਹੈ ਇੱਦਾਂ ਦਾ ਇੱਕ ਮਾਮਲਾ ਲੁਧਿਆਣਾ ਸ਼ਹਿਰ ਦੇ ਸ਼ਿਵਪੁਰੀ ਦੇ ਵਿੱਚੋਂ ਸਾਹਮਣੇ ਆਇਆ ਜਿੱਥੇ 5ਵੀਂ ਮੰਜ਼ਲ ਬਣਾਈ ਜਾਂਦੀ ਹੈ 5ਵੀਂ ਮੰਜ਼ਲ ਬਣਨ ਤੋਂ ਬਾਅਦ ਵੀ ਜਿਹੜੇ ਨੇ ਪਹਿਲੇ ਏਟੀਪੀ ਹੁੰਦੇ ਨੇ ਕਿਸ ਤਰ੍ਹਾਂ ਨੂੰ ਆਰਡਰ ਦੇ ਦਿੰਦੇ ਨੇ ਕਿਸ ਤਰ੍ਹਾਂ ਫਰਮਾਨ ਜਾਰੀ ਕਰਦੇ ਨੇ ਕਿ ਤੁਸੀਂ 5ਵੀਂ ਮੰਜ਼ਲ ਬਣਾ ਲਓ ਅਸੀਂ ਬੈਠੇ ਹਾਂ ਨਵੇਂ ਏਟੀਪੀ ਆਉਂਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਚਲਾਨ ਪੇਸ਼ ਕੀਤੇ ਆ ਤੇ ਨਗਰ ਨਿਗਮ ਦੇ ਮੁਲਾਜ਼ਮ ਭੇਜਦੇ ਆ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਗਾਂਧੀ ਨਗਰ ਦੀ ਗੱਲ ਕੀਤੀ ਹੈ ਗਾਂਧੀ ਨਗਰ ਦੇ ਵਿੱਚ ਦੋ ਇਮਾਰਤਾਂ ਐਸੀਆਂ ਬਣ ਰਹੀਆਂ ਨੇ ਉਹ ਵੀ ਕਿਸੇ ਨਾ ਕਿਸੇ ਵਿਧਾਇਕ ਦੇ ਨਾਲ ਤਾਲੁਕਾਤ ਰੱਖਦੀਆਂ ਨੇ ਉਹ ਦੋ ਬਿਲਡਿੰਗਾਂ ਜਿਹੜੀ ਬਿਲਡਿੰਗਾਂ ਦੀ ਤੀਜੀ ਮੰਜ਼ਲ ਬਣਾਉਣ ਦੀ ਅਨੁਮਤੀ ਨਹੀਂ ਦਿੱਤੀ ਜਾ ਰਹੀ ਲੇਕਿਨ ਦੋ ਬਿਲਡਿੰਗਾਂ ਦੋ ਮੰਜ਼ਲਾ ਬਣਾ ਦਿੱਤੀਆਂ ਗਈਆਂ ਲੇਕਿਨ ਕਾਰਪੋਰੇਸ਼ਨ ਅੰਨਾ ਰੁਪਈਆ ਇਕੱਠਾ ਕਰਕੇ ਕਾਰਪੋਰੇਸ਼ਨ ਤਾਂ ਵੀ ਕਹਿੰਦੀ ਹੈ ਕਿ ਸਾਡੇ ਕੋਲ ਰੈਵਨਿਊ ਨਹੀਂ ਹੈਗਾ ਆਹ ਤਸਵੀਰ ਤੁਹਾਨੂੰ ਉਸ ਮਕਾਨ ਦੀ ਦਿਖਾ ਰਿਹਾ ਬਿਲਡਿੰਗ ਦੀ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਨੀਚੇ ਕੋਈ ਡਾਊਨ ਪਿੱਲਰ ਇੱਕ ਅੱਧਾ ਪਿੱਲਰ ਨਹੀਂ ਹੈ ਉਹ ਪਿੱਲਰ ਨਹੀਂ ਹੈ ਇੱਟਾਂ ਲਗਾਈਆਂ ਗਈਆਂ ਉਸ ਤੋਂ ਬਾਅਦ ਗਰਾਊਂਡ ਫਲੋਰ ਫਸਟ ਫਲੋਰ ਸੈਕਿੰਡ ਫਲੋਰ ਥਰਡ ਫਲੋਰ ਫੋਰਥ ਫਲੋਰ ਫਿਫਥ ਫਲੋਰ ਆਹ ਤੁਸੀਂ ਫਲੋਰ ਦੇਖ ਸਕਦੇ ਹੋ ਉੱਪਰ ਸਰੀਏ ਸੁਰੀਏ ਸਭ ਪਏ ਹੋਏ ਨੇ ਕੰਮ ਚਾਲੂ ਹੈ ਰਾਤ ਨੂੰ ਕੰਮ ਹੋਊਗਾ ਕਾਰਪੋਰੇਸ਼ਨ ਰਾਤ ਨੂੰ ਸੋ ਜਾਂਦੀ ਹੈ ਅਤੇ ਲੋਕ ਵੀ ਸੋ ਜਾਂਦੇ ਨੇ ਅਤੇ ਰਾਤ ਨੂੰ ਮਿਸਤਰੀ ਆ ਕੇ ਕੰਮ ਕਰ ਲੈਂਦੇ ਨੇ ਮੁਹੱਲੇ ਵਾਲੇ ਦੇ ਮੌਜੂਦ ਨੇ ਕੀ ਨਾਮ ਹੈ ਵਿਜੇ ਸ਼ਰਮਾ ਜੀ ਸ਼ਰਮਾ ਸਾਹਿਬ ਤਾਰੀਫ ਕਰੋਗੇ ਪਹਿਲੇ ਕਾਰਪੋਰੇਸ਼ਨ ਦੀ ਬਹੁਤ ਜੀ ਤਾਰੀਫ ਕਰਨ ਦਾ ਹੀ ਕੰਮ ਹੈ ਜੀ ਦੇਖੋ ਇੰਨੀ ਦੇਰ ਦਾ 5 ਮਹੀਨੇ ਹੋ ਗਏ ਚੱਲਦੇ ਬੰਦਾ ਦੋ ਮਤਲਬ ਦੋ ਮੰਜ਼ਲਾ ਬਣ ਰਿਹਾ ਤੀਸਰੀ ਵਾਰੀ ਇੱਥੇ ਕੋਈ ਨਾ ਕੋਈ ਕਾਰਪੋਰੇਸ਼ਨ ਦਾ ਆ ਜਾਂਦਾ ਔਰ ਇਹ ਕਰਕੇ ਕੀ ਜਾਂਦੇ ਨੇ ਕਿ ਜੇਬ ਗਰਮ ਹੁੰਦੀ ਹੈ ਜੇਬ ਹੀ ਗਰਮ ਹੁੰਦੀ ਹੈ ਸਰ ਹੋਰ ਕੀ ਹੁੰਦਾ 7-5 ਮੰਜ਼ਲਾਂ ਬਣ ਗਈਆਂ ਅਜੇ ਤੱਕ ਕੋਈ ਬੰਦਾ ਵੀ ਇੱਥੇ ਦੇਖਣ ਨਹੀਂ ਆਇਆ ਸਿਰਫ ਐਤਵਾਰ ਨੂੰ ਬੰਦੇ ਨੂੰ ਫੋਨ ਕੀਤਾ ਤਾਂ ਆਇਆ ਮਤਲਬ 5 ਮੰਜ਼ਲਾਂ ਬਣ ਗਈਆਂ ਕੋਈ ਦੇਖਣ ਹੀ ਨਹੀਂ ਆ ਰਿਹਾ ਬਿਲਡਿੰਗ ਬਣ ਰਹੀ ਹੈ ਕਿ ਨਹੀਂ ਬਣ ਰਹੀ NDRF ਦੀ ਟੀਮਾਂ ਜ਼ਰੂਰ ਆਉਣਗੀਆਂ ਜਦੋਂ ਆ ਬਿਲਡਿੰਗ ਡਿੱਗੇਗੀ ਬਚਾਉਣ ਵਾਸਤੇ ਰਾਹਤ ਕਾਰਜ ਚਾਲੂ ਹੋ ਜਾਏਗਾ ਜਦੋਂ ਸੇਫਟੀ ਹੈਗੀ ਬਿਲਡਿੰਗ 'ਚ ਮੈਂ ਕਹਿੰਦਾ ਤੁਸੀਂ ਦੇਖੋ ਸਹੀ ਸਰ ਸਾਡਾ ਕਿ ਮਕਾਨ ਬਿਲਕੁਲ ਨਾਲ ਹੈ ਮਾੜਾ ਜਿਹਾ ਕੋਈ ਭੁਚਾਲ ਕੁਛ ਵੀ ਆਉਂਦਾ ਹੈ ਬਿਲਡਿੰਗ ਇੱਧਰ ਨੂੰ ਕਿਰੂ ਜਾਂ ਇੱਧਰ ਨੂੰ ਜਾਂ ਇੱਧਰ ਨੂੰ ਨੁਕਸਾਨ ਕਰੂਗੀ ਸਾਰੇ ਪਾਸੇ ਕਰੂਗੀ ਇਹ ਡੀਸੀ ਸਾਹਿਬ ਨੇ ਸਪੈਸ਼ਲ ਫਰਮਾਨ ਵੀ ਦਿੱਤੇ ਨੇ 5 ਫਲੋਰ ਬਣ ਨਹੀਂ ਸਕਦੀਆਂ ਫਿਰ ਇਹ ਕਿੱਦਾਂ ਬਣ ਗਿਆ ਸਰ ਇਹ ਰੈਸ਼ੀ ਇਲਾਕਾ ਹਾਂਜੀ ਬਿਲਕੁਲ ਰੈਸ਼ੀ ਇਲਾਕਾ ਕਿ ਤੁਸੀਂ ਇਹਦਾ ਵਿਰੋਧ ਨਹੀਂ ਕਰਤਾ ਵਿਰੋਧ ਸਰ ਕੀਤਾ ਕਿਉਂ ਨਹੀਂ ਹੈ ਹੁਣ ਵਿਰੋਧ ਹੀ ਕਰਦੇ ਪਏ ਇਸੇ ਕਰਕੇ ਤੁਹਾਨੂੰ ਬੁਲਾਇਆ ਸਾਰਿਆਂ ਨੂੰ ਵੀ ਇਕੱਠੇ ਕੀਤਾ ਵੀ ਇਹਨੂੰ ਚੀਜ਼ ਨੂੰ ਬੰਦ ਹੋਣੀ ਚਾਹੀਦੀ ਹੈ ਭਾਜੀ ਡਿਸਟਰਬੈਂਸ ਇੰਨੀ ਜ਼ਿਆਦਾ ਹੈਗੀ ਹੈ ਕਿ ਰਾਤ ਨੂੰ ਆਵਾਜ਼ਾਂ ਆਉਂਦੀਆਂ ਮਸ਼ੀਨ ਦੀਆਂ ਜਿਹਨੇ ਬਣਾਈ ਹੈ ਕੋਈ ਆਕਾ ਉੱਕਾ ਤਾਂ ਨਹੀਂ ਹੈਗਾ ਕਿਸੇ ਵੱਡੀ ਪਾਰਟੀ ਦਾ ਲੀਡਰ ਦੇ ਨਾਲ ਤਾਂ ਨਹੀਂ ਸੰਪਰਕ ਹੈਗੇ ਉਹਦੇ ਕਿਉਂਕਿ ਫਰਮਾਨ ਜਿਹੜੇ ਨੇ ਵੱਡੇ ਲੀਡਰ ਹੀ ਦਬਾਅ ਪਾ ਕੇ ਬਣਵਾਉਂਦੇ ਨੇ ਇਹ ਤਾਂ ਸਰ ਹੁਣ ਇਹਨਾਂ ਨੂੰ ਹੀ ਪਤਾ ਹੋਊਗਾ ਵੀ ਇੰਨੀ ਬਿਲਡਿੰਗਾਂ ਬਣ ਗਈਆਂ ਤਾਂ ਕਿਸ ਸ਼ਹਿਰ ਦੇ ਬਣੀਆਂ ਇਹ ਤਾਂ ਇਹੀ ਦੱਸਣਗੇ ਵੀ ਭਾਈ ਕਿਹੜਾ ਹੱਕਾ ਤੁਹਾਡੇ ਪਿੱਛੇ ਹੈਗਾ ਜਿਹੜਾ ਕਹਿੰਦਾ ਵੀ ਬਿਲਡਿੰਗ ਦੇ ਬਿਲਡਿੰਗ ਚੱਕੀ ਆ ਇਹ 100 ਗਜ਼ ਦੀ ਬਿਲਡਿੰਗ ਇਹ 600 ਗਜ਼ ਬਣ ਗਈ ਤੁਸੀਂ ਸਾਡੇ ਮੁਹੱਲੇ ਦਾ ਵੈਸੇ ਹੀ ਮਤਲਬ ਵੀ ਪਾਣੀ ਸਾਫ਼ ਨਹੀਂ ਆ ਰਿਹਾ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਰਿਹਾਇਸ਼ੀ ਇਲਾਕਾ ਨਹੀਂ ਹੈ ਵੀ ਇੱਥੇ ਮਤਲਬ ਇਹੀ ਚੀਜ਼ ਹੈਗੀ ਆ ਵੀ ਜਿੱਦਾਂ ਹੈਗਾ ਉਹ ਰਿਟਾਇਰ ਸੋਚ ਰਿਹਾ ਰਿਹਾਇਸ਼ੀ ਇਲਾਕਾ ਤੁਸੀਂ ਕਿੱਦਾਂ ਸੋਚਦੇ ਹੋ ਸਰ ਅਸੀਂ ਸੋਚਦੇ ਇੱਦਾਂ ਵੀ ਰਿਹਾਇਸ਼ੀ ਇਲਾਕੇ ਦੇ ਵਿੱਚ ਕੋਈ ਸਾਇਲੈਂਸ ਹੋਵੇ ਬੰਦਾ ਆਉਂਦਾ ਜਾਂਦਾ ਕੋਈ ਆਵਾਜ਼ ਨਹੀਂ ਕੋਈ ਰਾਤ ਨੂੰ ਬੰਦਾ ਸੌਂਦਾ ਉੱਠਦਾ ਕੋਈ ਇੱਦਾਂ ਦੀ ਦਿੱਕਤ ਨਹੀਂ ਹੋਵੇ ਤੇ ਪਾਣੀ ਸਾਫ਼ ਸੁਥਰਾ ਬੰਦਾ ਕਰਦਾ ਨਹੀਂ ਹੈਗਾ ਹਾਂਜੀ ਮਿਕਸ ਲੈਂਡ ਤਾਂ ਨਹੀਂ ਹੈਗਾ ਇਹ ਤਾਂ ਮਿਕਸ ਲੈਂਡ ਹੀ ਬਣਿਆ ਹੋਇਆ ਜੀ ਹੁਣ ਨਹੀਂ ਕਾਰਪੋਰੇਸ਼ਨ ਮਿਕਸ ਲੈਂਡ ਹੀ ਆ ਹਾਂਜੀ ਬਿਲਕੁਲ ਕਾਰਪੋਰੇਸ਼ਨ ਵੀ ਮਿਕਸ ਲੈਂਡ ਹੈ ਜੀ ਕਾਰਪੇ ਕਿੰਨੀਆਂ ਫੈਕਟਰੀਆਂ ਹੋਰ ਨੇ ਇੱਥੇ ਭਾਈ ਇੱਥੇ ਸਾਡੀ ਗਲੀ ਦੇ ਵਿੱਚ ਕੋਈ ਫੈਕਟਰੀ ਨਹੀਂ ਜ਼ਿਆਦਾ ਤੋਂ ਜ਼ਿਆਦਾ ਜੇ ਬਾਈ ਚਾਂਸ ਕਿਤੇ ਹੋਊਗੀ ਵੱਧ ਤੋਂ ਵੱਧ 1 ਜਾਂ 2 ਮਸ਼ੀਨਾਂ ਵੱਧ ਤੋਂ ਵੱਧ 2 ਮੰਜ਼ਲੀ ਬਿਲਡਿੰਗ ਹੋਊਗੀ ਪਰ ਇਹ ਬਿਲਡਿੰਗ ਦੇਖੋ ਦੀ 6 ਮੰਜ਼ਲੀ ਬਣ ਗਈ ਜੀ 5 ਹਲੇ ਉਹ 6ਵੀਂ ਮੰਜ਼ਲ ਦੀ ਤਿਆਰੀ ਕਰ ਰਿਹਾ ਜੇ ਅਸੀਂ ਸੰਡੇ ਨੂੰ ਨਾ ਕਾਲ ਕਰਦੇ ਨਾ ਕਾਰਪੋਰੇਸ਼ਨ ਏਟੀਵੀ ਸਾਹਿਬ ਨੂੰ ਤੇ ਇਹ 6ਵੀਂ ਮੰਜ਼ਲ ਵੀ ਬਣ ਜਾਣੀ ਸੀ ਇੱਕ ਕੀ ਫੜਿਆ
वो कहते सूँ पता ही नहीं लगा इदा कि हो सकता है इतने एक मंजिल अगर किसी की बनती होंगी है ना तो भी मुलाजम आगे खड़े हो जाते हैं भी लै भी तू नक्शा पास कराया तो यह पांच मंजिला बन गई तो वह नक्शा फिर तुम भी दे दो जेब गर्म कर दो तुम भी घटा डेमोलिश करवा दो जेब गर्म महल खड़े हो दे दो फिर तुम आप ही कह रहे हो कारपोरेशन पैसे लेंदी है जी इदा जी जे असं महल किस चीज़ के पैसे दिए ढां के पैसे दिए असं दे दें चंदा कट्ठा करके पूरे महल दे दें ढा दें बिल्डिंग आके सू दसन आके भी असं इन्ने पैसे बंद को खाधे असं भी महल को चंदा कट्ठा कर लें रोड से जाके बह जाने चंदा कट्ठा करने कारपोरेशन वास्ते इन्ना रेवन्यू इन्ना कोई कट्ठा हो रहा है फिर भी कहते साढ़े को पैसे है नहीं कितने हो रहा है वो तो कहती खाली है ये कहते ना खाली है जी तुम कल भी एक देखा लुधियाना लाइव से न्यूज़ लगी सी एक लेडीज़ ने सीधे सीधे एलीगेशन लाए थे हाँ सीधे सीधे एलीगेशन इन्होंने लाए थे भी कितनी करप्शन है कारपोरेशन के अंदर 3 लाख रुपया नहीं देंदी वो तां बदली हो जाती बिल्कुल जी बिल्कुल 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 इदी हूँ भी देखो तुसी भी अगर संडे नूं चलो ये भी कहें ATB साहब असी जो कंप्लेट पाई सानू पता लगा किसी बंदे को ATB साहब कहें नवे आए हैं ठीक है बट ये बिल्डिंग जो नवे भी आए हैं तो भी कोई कार्रवाई करन ना इदा तो हूँ जे एदा पुराने ने परमिशन देती भी तू पांच मंजिली चक ला जब एक एरिया रहायशी है तो वो पांच मंजिली कि चक रहा 2.5 मंजिल तो उपर अपरूव नहीं है नहीं नाले फैक्ट्री चला रहा रहायशी एरिए लगता है कि नूट नाल आटा चल पैंदा आटे नाल नूट चलता देखो जी मैं ये सारे कहावतां दा नहीं जानता मैं इन्ना जानता मेरी कि मेरे गली दे बाल बच्चियां दी परिवारां दी सुरक्षा होनी चाहिए है और जिस तरह ये बिल्डिंग वीक स्ट्रक्चर सीगा और उहदे उत्ते 6 मंजिल खड़ी की गई सानू 60 परिवारां नूं बहुत खतरा हो गया ये नाल मामूली जिहा भी ट्रैमर अगर आया या कोई हरकत होई जमीन दे विच ते बिल्डिंग एकदम डिग पैनी है और 60 घर तबाह हो जाने हैं और तुसीं देख लो कितना नुकसान है पब्लिक का दूसरा इन्ने ज़्यादा अंदर कारीगर काम कर रहे हैं 200-250 बंदे काम करते हैं उन्हें साढ़े इंफ्रास्ट्रक्चर से सीवरेज से और पानी से बहुत लोड पैंदा है पानी कई महीनों तो सानू गंदा मिल रहा है आपस पी सकते हो गंदा पानी पी सकते पी सकते हो खरीद करके पी रहे हैं असं इस करके पी रहे हैं क्योंकि साड़ी पिछे उपर बैठे है जो साढ़े अफसर कोई कार्रवाई नहीं कर रही इस मजबूरी पी रहे हैं असी हैरान हाँ भी इन्नी अप्रोच उस बंदे दी भी एक पासे पूरा महला खड़ा है बट फिर भी महल नहीं हो रही सारे ही खड़े जी महल वाले वो दो बंदे बोलते पे हो तीजा माता जी की कहोगे तुसी बस कहते नहीं जो कहते हो तुसी कुछ नहीं बोलना मैं क्या बोलूंगा बस ऐसे डर रहा आटा तो एक कारीगर तो थुक्का सुट दे सी उठे बैठे हैं जी जो दूर दे हो गए सुटेंगे की कहते हो कारपोरेशन बस ये सही करो डिगन बिल्डिंग का बिल्डिंग सही भी कर तो डिग भी जावे तस्वीर इस करके दिखा रहे उपर देखो सरिया पिया वा ATB साहब नाल गलबात हो गई है ATB साहब कहते मुलाजम भेज रहे हैं 1 घंटे तो वादा समा मैं खड़े हो गया लेकिन कारपोरेशन की इतों दूरी सिर्फ मात्र 1 किलोमीटर की भी नहीं होनी तकरीबन 1.5 घंटे का वेट करने तो बाद कारपोरेशन पहुँचती है जो ATP ने गलबात की जाती है वो कहते हैं कि कारपोरेशन ने मुलाजमान भेजा होया वै लेकिन इतने वेट की जाती कि कारपोरेशन ने मुलाजम जिहड़े इतने पहुँचते हैं कितनी देर बाद लेकिन समा भी जो खबरदार तुम देख रहे हो उस तो बाद कारपोरेशन के अधिकारी पहुँचते इस बिल्डिंग के उत्ते तो लोगों नाल गलबात की जा रही है आखिर बिल्डिंग कदों बनी है कदों नहीं बनी है लेकिन अधिकारी जिहड़े इतने जरूर पहुँच जाते हैं लेकिन आ बिल्डिंग है जिहड़ी पूरी बनी हुई है वो तस्वीर जिहड़ी है दिखाई जा रही तुहानू कितने समय बाद कारपोरेशन पहुँचती है 1.5 घंटा हो गया जी कॉल की उन्होंने संडे सवेरे कॉल की सी ठीक है बट उस तो बाद कोई मुलाजम नहीं दोबारा देखने आया भी उन्हें की बनाया की नहीं एक बार की गल की हो रही है सन हाले फिलहाल बिल्डिंग देख रहे हैं अभी पूछते हैं भी भाई की हल करूंगे कोई नहीं कोई गल हाले फिलहाल कोई सन गल नहीं की सिर्फ बिल्डिंग वाल देख रहे हैं आ देखो तुम आप सर भी कितनी अंदर मोहरे भी किए हुए ने सारे अंदर फैक्ट्री भी चलती भी है लेकिन जो तस्वीर है तुम दिखा दी इतों की सामने जी है ये जो इतने कंध जी बनी हुई है ये तस्वीर दिखा रही अंदर मशीन जड़िया लगिया हुई ने आ तस्वीर कैमरामैन कहूँगा इतों दिखा के कि अंदर जड़िया ने मशीन जड़िया ने अंदर लगिया हुई ने क्यों दे दिए कि कारपोरेशन के मुलाजम जड़े ने इतने पहुँच तो गए हैं उस तो बाद की कार्रवाई अमल च लिया लेकिन ATP नाल साडी गलबात होगी ATP कह रही है कि मामला ध्यान दे विच हैगा हुण मुहल्ला एक पासे पूरा इकट्ठा है तो हुण देखते हैं कि कार्रवाई जिहड़ी कीती होगी महिला भी नाल हैगियां ने ਕਿੰਨਾ ਕੁ ਪਰੇਸ਼ਾਨ ਹੋ ਇਸ ਫੈਕਟਰੀ ਤੋਂ ਹਾਂਜੀ ਹਾਂਜੀ ਬਹੁਤ ਆ ਦੇਖੋ ਥੱਲੇ ਤੇ ਦੀਵਾਰਾਂ ਸਿੰਗਲ ਹੀ ਆ ਉੱਪਰ ਦੇਖੋ 5-6 ਮੰਜ਼ਲੀ ਹੋ ਗਿਆ ਸਾਰੇ ਨੂੰ ਪਰੇਸ਼ਾਨੀ ਕਿੰਨੀ ਦੇਰ ਬਾਅਦ ਪਹੁੰਚਦੀ ਹੈ ਬਾਕੀ 1.5 ਘੰਟਾ ਹੋ ਗਿਆ 1.5 ਘੰਟਾ ਕਿਲੋਮੀਟਰ ਦਾ ਰਸਤਾ ਤੋਂ ਕਾਰਪੋਰੇਸ਼ਨ ਦਾ 5 ਮਿੰਟ ਦਾ 5 ਮਿੰਟ ਦਾ ਹਾਂ 5
माता जी तुसी इसी महल्ले दे हो सारे? हाँ जी हाँ जी। किन्ना क परेशान हो जो बिल्डिंग बनाई जा रही है? बिल्डिंग बना रहे भाजी, रात में 12-12 बजे तक सरिये चढ़ा रहे हैं उपर में, सारे जने दिक्कत आ रही है, इन्हें आंटियां बहुत परेशानी हो रही है, बुजुर्ग लोग रह रहे हैं। ले लेके आंदे समान, लेके जाते माल, असी सारी रात नहीं सोन पाते बिलकुल भी, चल दिया मशीन चल दिया, रोला पाते इन्ने कारीगर। अच्छा हाँ, सन तो सारी सारी रात नींद नहीं आती इतने बिलकुल भी, सर तो रहना इन्होंने दुब्बर कर दिया बिलकुल। इंस्पेक्टर भी इतने पहुंचे ने लेकिन फैक्ट्री वालों कोई भी दरवाजा जरा नहीं खोलिया जा रहा, लेकिन सर ATP साहब के को मामला ध्यान है वह तो ध्यान मामला है वैसे? हाँ, कुछ दिन पहले कंप्लेट आई थी जी, उस टाइम मौके पर आके काम बंद करवा गए जी, हूँ पता लगे कि दोबारा काम शुरू किया, हूँ दोबारा फिर आए मौके। लेकिन सर ये उपर पे हुए ने सर, लेकिन कारपोरेशन कितना कितने बदनाम होंगी है कि ये लोग जो ने कारपोरेशन गुमराह करके काम करते हैं कि रात के नेरे च काम करते कि कारपोरेशन घरें मुलाजम चले जाते हैं, किस तरह देखते हो कि इन्हें कार्रवाई सख्त क्यों नहीं की जा सकती? इन्हें नोटिस जारी करता वा जी, तो मतलब उपरी शटरिंग शटर लहा दें इन्हों की जी हैगी जी, कि डैम महल्ले लेकिन डेमोलिश भी कराई जा सकती है क्योंकि कोई पिलर नहीं है, सिर्फ डाउन पिलर एक लगाया गया, साइड से कोई कॉलम पिलर नहीं है, जो बिल्डिंग हैगी महल वाले कहने मुताबिक खस्ता हालत सी। किस तरह देखते हो कि कल कोई बड़ा हादसा हो गया, गोला फैक्ट्री वर्गा हादसा ना हो जाए, फिर कल NDRF की टीम आन गई, कारपोरेशन के मुलाजम सस्पेंड हो गए, कि उस पहले कार्रवाई कर दी जाए? इस बारे जी बिल्डिंग हैगी खस्ता हालत बारे महल एप्लीकेशन दे देने एक जी, BNR ब्रांच तो ये जांच करा लेंगे कि खस्ता हालत हैगी, BNR भी दी है कि खस्ता हालत है। 5 साल तो बिल्डिंग बंद सी, कोई परचेज नहीं कर रहा सी, दीवारा एदियां सारियां डिगिया हुई सी, ठीक है, बट जो उन्होंने परचेज की कोई भी मजबूती नहीं दिखाई ये, पर कहें पिलर पाता दिखाते सी कितने पिलर पाया। लेकिन सर हम तुम सिर्फ काम रोकण आए हो कि चलान पेश लगा दिता गया, नोटिस लगाओगे, अगर उस तो बाद भी ये बंदा रात को काम करता है फिर की कार्रवाई होगी? फिर आप डेमोलिशन कर देंगे ऊपरली मंजिल की जी नवी बारे, लेकिन हम सिर्फ शटरिंग रिमूव करना आए। हाँ जी, चलो तुम तो अंदर आ नहीं दे रहे सर, दरवाजे नहीं खुलवा दरवाजे। चलो कारपोरेशन ने इंस्पेक्टर इतने पहुंचे ने, हुण देखते हैं कि इन्होंने कहा कि अगर दोबारा काम जो किया जाऊगा तो डेमोलिशन की जाऊगी, लेकिन शटरिंग जी इस समय उतार दी जाऊगी, हुण देखते हैं कि दरवाजा कारपोरेशन के अफसर जो उत्थे खड़े होण तां बिल्डिंग मालक जो दरवाजा नहीं खोलता होवे तां किन्नी तोहीन जी है कारपोरेशन की भी होंदी है, कि तोहीन इस करके होंदी है कारपोरेशन की कि ये चीज़ जी है कि क्यों नहीं जिहड़ा है कारपोरेशन नूं दरवाजे खोले जा रहे कि आओ आ जाण, लेकिन लाइटां जिहड़ियां ने बंद कर दित्तियां गईआं ने, ये देख सकते हो जी लाइट के अंदर फैक्ट्री के अंदर सानू दिखता सीगा कि फैक्ट्री अंदर चलती पई सी, उत्थे दी जिहड़ियां लाइटां बंद कर दित्तियां गईआं, मशीन देख भी सकदियां ने इत्थों दी, इदां मशीनां देख सकते हो कि जदों कैमरा जिहड़ा इदां जदों लाइट मार के दिखाई जाऊगी, लेकिन बिल्कुल लाइटां जिहड़ियां बंद हो गईआं ने। हुण देखदे हां कि आखिर ये चोर मोरियां दे राही जिहड़े काम हुंदे ने उह कदों खत्म होणगे, इंस्पैक्टर तां उत्थे पहुंचे ने, हुण कारपोरेशन इस बिल्डिंग नूं डेमोलिश करदी है या दी शटरिंग उतारदी है या इहनूं कहड़ा नोटिस दिंदी है कि इह बगैर इजाजत तों काम ना कर पावे। कल बिल्डिंग नूं कोई नुकसान हुंदा आले दुआले जिम्मेवार हैगे बंदे? 4 इंची कंध उत्ते भाजी 5-6 मंजिल बिल्डिंग है, इधर नूं गिरे जिधर मर्जी गिरे, कौन कारपोरेशन जिम्मेवार है? कारपोरेशन कुछ कराऊगी? एक भाजी छोटा जिहा मकान बंद ना, किसी दुकान भी बंद हो कारपोरेशन मिनट के आ जाती है, इन नंबर कमरे के आइयो जी, मिल के जाइयो, तो इतने बुलाए नूं 1.5 घंटा हो गया, 1.5 घंटे बाद हुण आ रहे हैं। सामने मीडिया ने जो क्वेश्चन पूछा की कार्रवाई करोगे तो कह रहे सिर्फ शटरिंग रुकवावांगे, कि इन्हां दा हक नहीं बनता भी लोगों की सेफ्टी की जाए? लेकिन उधर जाके दरवाजा खोल दें, ठीक है, उधर जाके दरवाजा खोलन के की अगला सैटिंग करता की नहीं, फिर दोबारा चले जाएंगे। हूँ तो मीडिया है, मीडिया भी यही सिर्फ कह के जा रहे हैं, सिर्फ शटरिंग रुकवाओगे, कोई ये सही जवाब नहीं दे रहे, बयान आ गया शटरिंग खुलावेंगे, लेकिन महल वाले तुम तो कन करके बैठे हुए हो कि कार्रवाई होगी तो पता लग ही जाऊगी। बहुत एरिया है, फैक्ट्री लाइन चलूगी भी, फैक्ट्री लाइन नहीं हैगी, रेजिडेंशियल एरिया भी कमर्शियल नहीं, कमर्शियल एरिया नहीं है। असं लुधियाना लाइव का बहुत बहुत धन्यवाद करते हैं भी, जी उन्होंने अब जाके महल वाले की समस्या सुनी है, असं अगों भी उम्मीद करते हैं भी अगर नहीं अगर बंदा फैक्ट्री बंद करता तो लुधियाना लाइव तक या होर मीडिया चैनल तक अपनी आवाज़ चकेंगे, तो साड़ी आवाज़ जरूर प्रशासन दिखाएंगे। बिल्कुल प्रशासन के भी हुण कितने ना कितने कान खुलने चाहिए, क्योंकि एक मीडिया नहीं हुंदा कि सारी आवाम की जिहड़ी है काम सुरक्षा कर पावे, लेकिन मीडिया के नाल वो अधिकारी भी हुंदे ने जो आवाम की सुराखी वास्ते लगाए जाते हैं, वड्डी कुर्सी ते बिठाए जाते हैं। हुण देखदे हां डेमोलिशन की जाती है, शटरिंग उतारी जाती है कि उस तो बाद बिल्डिंग बनाई जा सकती है।